ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਸਤਿ ਸ਼੍ਰੀ ਅਕਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪਮਿਲ 파ਟਿਆ ਕਾਂਗਰਸ ਹਾਈ ਕਮਾਂਡ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਅੱਜ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ ਉੰਜ ਰਿਪੋਰਟ ਦਾ ਪੁਲਿੰਦਾ ਹੈ ਪਰ ਚਾਰ ਸਫਿਆਂ ਦੇ ਵਿੱਚ ਕ੍ਰਕਸ ਵੱਖਰੇ ਤੌਰ ਤੇ ਲਿਖਿਆ ਗਿਆ ਯਾਨੀ ਜਿਨ੍ਹਾਂ ਵਿੱਚ ਸਾਰੇ ਮੰਤਰੀ ਵਿਧਾਇਕਾਂ ਸੰਸਦਾਂ ਦੇ ਵਿਚਾਰਾਂ ਦਾ ਨਿਚੋੜ ਲਿਖਿਆ ਗਿਆ ਹੈ ਸੂਤਰਾਂ ਮੁਤਾਬਕ ਕਮੇਟੀ ਦੇ ਤਿੰਨੋਂ ਮੈਂਬਰਾਂ ਦੇ ਕਈ ਮੁੱਦਿਆਂ ਤੇ ਆਪਸੀ ਅਸਹਿਮਤੀ ਚੱਲਦੀ ਰਹੀ ਪਰੰਤ ਇੱਕ ਦੂਜੇ ਦੇ ਨਾਲ ਵਿਚਾਰਕ ਵਖਰੇਵਿਆਂ ਤੋਂ ਬਾਅਦ ਰਿਪੋਰਟ ਇੱਕ ਨੁਕਤੇ ਤੇ ਬਣਾਉਣ ਉੱਤੇ ਸਹਿਮਤੀ ਬਣੀ ਹੈ ਕਮੇਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਵਰਕਿੰਗ ਸਟਾਈਲ ਤੇ ਵੱਡਾ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਨਹੀਂ ਮਿਲਦੇ ਦਰਅਸਲ ਕੈਪਟਨ ਅਮਰਿੰਦਰ ਸਿੰਘ ਦੀ ਅਨਵੇਲੇਬਿਲਟੀ ਦੀ ਸ਼ਿਕਾਇਤ ਕਾਂਗਰਸ ਦੇ ਐਮਐਲਏ ਮੰਤਰੀ ਵੀ ਕਰਦੇ ਰਹੇ ਨੇ ਤੇ ਵਿਰੋਧੀ ਧਿਰ ਦੇ ਲੀਡਰ ਸੁਖਵੀਰ ਸਿੰਘ ਬਾਦਲ ਹਰ ਮੰਚ ਤੋਂ ਇਹ ਗੱਲ ਕਹਿੰਦੇ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਨਹੀਂ ਮਿਲਦੇ ਦੂਜਾ ਕਮੇਟੀ ਵੱਲੋਂ ਨਵਜੋਤ ਸਿੱਧੂ ਨੂੰ politically adjust ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਇਹ ਵੀ ਗੱਲ ਕਹੀ ਗਈ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ ਔਰ ਪਾਰਟੀ ਦੇ ਅੰਦਰ ਹੀ ਉਹਨਾਂ ਨੂੰ politically adjust ਕਰ ਲਿਆ ਜਾਵੇ ਪਰ ਸਭ ਤੋਂ ਵੱਡੀ ਗੱਲ ਸਿੱਧੂ ਨੇ ਕਮੇਟੀ ਨੂੰ ਇਹ ਸਾਫ਼ ਕਹਿ ਦਿੱਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਨਹੀਂ ਕਰਨਗੇ ਯਾਨੀ ਸਿੱਧੂ ਨੂੰ ਡਿਪਟੀ ਸੀਐਮ ਬਣਾਉਣ ਬਾਰੇ ਸੰਭਾਵਨਾਵਾਂ ਸ਼ਾਇਦ ਹੀ ਹੁਣ ਨਾ ਬਣਨ ਹਾਲਾਂਕਿ ਕੈਪਟਨ ਵੀ ਕਈ ਮੌਕਿਆਂ ਤੇ ਖੁੱਲ ਕੇ ਨਵਜੋਤ ਸਿੱਧੂ ਨੂੰ ਬਤੌਰ ਡਿਪਟੀ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਬਣਾਏ ਜਾਣ ਤੋਂ ਇਨਕਾਰ ਕਰ ਹੀ ਚੁੱਕੇ ਨੇ ਪਰ ਸੂਤਰਾਂ ਮੁਤਾਬਿਕ ਸਿੱਧੂ ਕਾਂਗਰਸ ਪ੍ਰਧਾਨ ਬਣਨ ਦੇ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਚੋਣਾਂ ਸਮੇਂ ਟਿਕਟ ਵੰਡ ਦੇ ਵਿੱਚ ਸਿੱਧਾ ਦਖਲ ਮਿਲੇਗਾ ਤੇ ਡਿਪਟੀ ਮੁੱਖ ਮੰਤਰੀ ਬਣ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਡਾਇਰੈਕਟ ਰਿਪੋਰਟਿੰਗ ਕਰਨੀ ਪਵੇਗੀ ਜੋ ਉਹ ਨਹੀਂ ਚਾਹੁੰਦੇ ਉਹ ਵੱਖਰੀ ਗੱਲ ਹੈ ਕਿ ਚੋਣਾਂ ਨੂੰ ਅਜੇ ਕੁਝ ਹੀ ਮਹੀਨੇ ਬਚੇ ਨੇ ਤੇ ਡਿਪਟੀ ਸੀਐਮ ਬਣ ਕੇ ਸਿਰਫ ਇੱਕ ਨੇਮ ਪਲੇਟ ਹੀ ਲੱਗੇਗੀ ਡਿਪਟੀ ਸੀਐਮ ਇੱਕ ਨੇਮ ਪਲੇਟ ਤੋਂ ਵੱਧ ਕੁਝ ਵੀ ਨਹੀਂ ਹੋਏਗਾ ਇਸ ਤੋਂ ਇਲਾਵਾ ਬੇਅਦਬੀਆਂ ਮਾਮਲਿਆਂ ਦਾ ਇਨਸਾਫ ਨਾ ਮਿਲਣ ਬਾਰੇ ਵੀ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਅਹਿਮ ਗੱਲਾਂ ਲਿਖ ਦਿੱਤੀਆਂ ਨੇ ਕਮੇਟੀ ਮੁਤਾਬਕ ਹਾਈ ਕਮਾਂਡ ਬੇਅਦਬੀ ਮਾਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਨਿਰਦੇਸ਼ ਨਹੀਂ ਦੇਵੇਗੀ ਕਿਉਂਕਿ ਕੇਸ ਅਦਾਲਤ ਦੇ ਵਿੱਚ ਪੈਂਡਿੰਗ ਹੋਣ ਕਰਕੇ ਹਾਈ ਕਮਾਂਡ ਇਸ ਨਾਲ ਬਹੁਤੀ ਛੇੜਛਾੜ ਨਹੀਂ ਕਰੇਗੀ ਅਤੇ ਪ੍ਰਸ਼ਾਸਨਿਕ ਪੱਧਰ ਤੇ ਸਥਿਤੀ ਅਨੁਸਾਰ ਸਥਿਤੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਫੈਸਲਾ ਲੈਣ ਲਈ ਹੀ ਕਹੇਗੀ ਯਾਨੀ ਕੈਪਟਨ ਅਮਰਿੰਦਰ ਸਿੰਘ ਹੀ ਫੈਸਲਾ ਲੈਣਗੇ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਜੋ ਇਨਸਾਫ ਨਹੀਂ ਮਿਲਿਆ ਉਸ ਦੀ ਆਉਂਦੇ ਦਿਨਾਂ ਦੇ ਵਿੱਚ ਕੀ ਕਾਰਵਾਈ ਕੀਤੀ ਜਾਵੇ ਹਾਈ ਕਮਾਂਡ ਇਸ ਦੇ ਵਿੱਚ ਦਖਲ ਨਹੀਂ ਦੇਗੀ। لہذا باقی ناراض لیڈروں ਦਾ ਕੀ ਬنےਗਾ ਉਸ ਦੇ بارے فی الحال چرچا ہی بند ہو چکی ہے۔ ਉਨ੍ਹਾਂ ਦੇ ਹੱਥ ਪੱਲੇ ਕੀ ਆਏਗਾ ਇਹ ਜੇ ਸਵਾਲ ਹੈ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਵੀ ਇੱਕ ਦਿਲਚਸਪ ਪਹਿਲੂ ਇੱਕ ਦਿਲਚਸਪ ਘਟਨਾਕ੍ਰਮ ਵਾਪਰ ਰਿਹਾ ਹੈ ਐਕਟਰ नसीरुद्दीन ਸ਼ਾ ਦਾ ਇੱਕ ਫੇਮਸ ਡਾਇਲੋਗ ਹੈ ਫਟਾ ਪੋਸਟਰ ਨਿਕਲਾ ਹੀਰੋ ਪੰਜਾਬ ਦੇ ਦੋ ਵੱਡੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵੱਡੇ ਪੋਸਟਰ ਬॉयਜ਼ ਵੀ ਬਣੇ ਹੋਏ ਨੇ ਕੈਪਟਨ ਦੇ ਫੇਸਬੁੱਕ ਪੇਜ ਪੰਜਾਬ ਦਾ ਕੈਪਟਨ ਉੱਤੇ ਕੈਪਟਨ ਹੀ ਦੁਬਾਰਾ ਕੈਪਟਨ ਫॉर 2022 ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਅੰਕਲਨ ਕੁਝ ਦਿਨ ਪਹਿਲਾਂ ਕੀਤਾ ਜਾਣ ਲੱਗਾ ਸੀ ਕਿ ਕਿਹੜਾ ਲੀਡਰ ਕੈਪਟਨ ਖੇਮੇ ਦੇ ਵਿੱਚ ਹੈ ਤੇ ਕਿਹੜਾ ਕੈਪਟਨ ਵਿਰੋਧ ਦੇ ਵਿੱਚ ਹੈ ਪਰ ਹੁਣ ਤਸਵੀਰ ਬਦਲ ਰਹੀ ਹੈ ਕਈ ਸ਼ਹਿਰਾਂ ਵਿੱਚ ਕਾਂਗਰਸੀ ਲੀਡਰਾਂ ਨੇ ਆਪਣੇ ਫੇਸਬੁੱਕ ਪ੍ਰੋਫਾਈਲ ਫੋਟੋਆਂ ਲਾਈਆਂ ਨੇ ਜਿਨ੍ਹਾਂ ਤੇ ਕੈਪਟਨ ਫॉर 2022 ਅਤੇ ਕੈਪਟਨ ਇੱਕ ਹੀ ਹੁੰਦਾ ਹੈ ਕੈਪਟਨ ਇੱਕ ਹੀ ਹੁੰਦਾ ਹੈ ਲਿਖਿਆ ਯਾਨੀ 2017 ਚੋਣਾਂ ਵਾਂਗ ਸ਼ਾਂਤ ਕਿਸ਼ੋਰ ਕਿਸ਼ੋਰ ਸਟਾਈਲ ਦੇ ਵਿੱਚ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਸਭ ਤੋਂ ਵੱਡੇ ਚਿਹਰੇ ਦੇ ਵਜੋਂ ਅਤੇ ਮੁੱਖ ਮੰਤਰੀ ਉਮੀਦਵਾਰ ਦੇ ਵਜੋਂ ਵਿਖਾਇਆ ਜਾਣ ਲੱਗਿਆ ਹੈ ਭਾਵੇਂ ਕਾਂਗਰਸ ਦੀ 3 ਮੈਂਬਰੀ ਕਮੇਟੀ ਰਿਪੋਰਟ ਆਉਣ ਤੋਂ ਬਾਅਦ ਹਾਈ ਕਮਾਂਡ ਇਸ ਬਾਰੇ ਕੋਈ ਫੈਸਲਾ ਲੇਗੀ ਪਰ ਕੈਪਟਨ ਨੇ ਸੰਗਠਨ ਦੇ ਵਿੱਚ ਲੋਬਿੰਗ ਤੇਜ਼ ਕਰ ਦਿੱਤੀ ਹੈ ਜਿਸ ਦਾ ਮੈਸੇਜ ਹਾਈ ਕਮਾਂਡ ਨੂੰ ਵੀ ਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਹੁਮਤ ਕੈਪਟਨ ਖੇਮੇ ਦੇ ਕੋਲ ਹੈ ਇਸ ਦਾ ਇੱਕ ਹੋਰ ਪਹਿਲੂ ਸਰਕਾਰ ਵਿੱਚ ਵਕ-ਵਕ ਅਹੁਦਿਆਂ ਤੇ ਵਕ-ਵਕ ਸ਼ਹਿਰਾਂ ਦੇ ਵਿੱਚ ਕੀਤੀਆਂ ਨਿਯੁਕਤੀਆਂ ਵੀ ਮੰਨੀਆਂ ਜਾ ਸਕਦੀਆਂ ਨੇ ਕਿਉਂਕਿ ਅਚਾਨਕ ਲੋਕਲ ਪੱਧਰ ਤੇ ਵੀ ਕੈਪਟਨ ਦੇ ਸਮਰਥਨ ਦੇ ਵਿੱਚ ਕੈਪਟਨ ਫॉर 2022 ਮੁਹਿੰਮ ਤੇਜ਼ ਹੋਈ ਹੈ ਇਸ ਦਾ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੋ ਵਕ-ਵਕ ਸ਼ਹਿਰਾਂ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਇਹ ਉਸ ਦਾ ਅਸਰ ਹੈ ਕਿ ਲੋਕਲ ਲੈਵਲ ਤੇ ਵੀ ਕੈਪਟਨ ਦੇ ਫੇਵਰ ਦੇ ਵਿੱਚ ਕੈਂਪੇਨ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਤੇਜ਼ ਹੋਈ ਹੈ ਕਦੇ ਨਵਜੋਤ ਸਿੱਧੂ ਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੁੱਛਿਆ ਸੀ ਕਿਹੜਾ ਕੈਪਟਨ ਅੱਜ ਅਮਰਸਰ ਵਿੱਚ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਵੱਡੇ ਹੋਲਡਿੰਗਸ ਲੱਗੇ ਜਿਨ੍ਹਾਂ ਤੇ ਲਿਖਿਆ ਹੈ ਕੈਪਟਨ ਇੱਕ ਹੀ ਹੁੰਦਾ ਹੈ ਜਲੰਧਰ ਤੇ ਲੁਧਿਆਣਾ ਵਿੱਚ ਹੋਲਡਿੰਗਸ ਲੱਗੇ ਨੇ ਪੰਜਾਬ ਦਾ ਕੈਪਟਨ ਸਾਡਾ ਕੈਪਟਨ ਯਾਨੀ ਕਾਂਗਰਸੀਆਂ ਨੇ ਅਮਰਿੰਦਰ ਸਿੰਘ ਨੂੰ ਸਰਵ ਪ੍ਰਮਾਨਿਤ ਵਿਖਾਉਣ ਦੀ ਕੋਸ਼ਿਸ਼ ਕਰ ਦਿੱਤੀ ਹੈ ਸਭ ਤੋਂ ਦਿਲਚਸਪ ਸਥਿਤੀ ਕੈਪਟਨ ਦੇ ਗੜ ਸੀਐਮ ਸਿਟੀ ਪਟਿਆਲਾ ਦੇ ਵਿੱਚ ਬਣੀ ਹੈ ਜਿੱਥੇ ਨਵਜੋਤ ਸਿੱਧੂ ਦੇ ਸਮਰਥਨ ਦੇ ਵਿੱਚ ਵੱਡੇ ਹੋਲਡਿੰਗਸ ਲੱਗੇ ਨੇ ਯਾਨੀ ਅੰਮ੍ਰਿਤਸਰ ਦੇ ਵਿੱਚ ਜਿਸ ਨੂੰ ਸਿੱਧੂ ਆਪਣੀ ਕਰਮ ਭੂਮੀ ਕਹਿੰਦੇ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਵਿਖਾਤਾ ਕਿ ਕੈਪਟਨ ਇੱਕ ਹੀ ਹੁੰਦਾ ਹੈ ਤੇ ਪਟਿਆਲੇ ਦੇ ਵਿੱਚ ਸਿੱਧੂ ਨੇ ਸਨ ਲਾਉਣ ਦੀ ਕੋਸ਼ਿਸ਼ ਕਰ ਦਿੱਤੀ ਹੈ ਸੰਕੇਤ ਦੇ ਦਿੱਤੇ ਨੇ ਕਾਂਗਰਸ ਹਾਈ ਕਮਾਂਡ ਨੇ ਅਜੇ ਨਾ ਅਧਿਕਾਰਿਕ ਤੌਰ ਤੇ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਤੇ ਨਾ ਹੀ ਹਾਈ ਕਮਾਂਡ ਨੇ ਅਜੇ ਸਿੱਧੂ ਦੇ ਪੱਲੇ ਕੁਝ ਪਾਇਆ ਕਿਸ ਦਾ ਚਿਹਰਾ ਸੂਬੇ ਵਿੱਚ ਵੱਧ ਪ੍ਰਵਾਨਿਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਕਲੀਅਰ ਹੋ ਪਾਏਗਾ ਹਾਲਾਂਕਿ ਕੈਪਟਨ ਨੇ ਸੰਸਦਾਂ ਨੂੰ ਮਿਲ ਕੇ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਪਿਛਲੇ 2 ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ 8 ਸੰਸਦਾਂ ਦੇ ਨਾਲ ਮੁਲਾਕਾਤ ਕੀਤੀ ਬੁੱਧਵਾਰ ਨੂੰ 5 ਸੰਸਦ ਪ੍ਰਨੀਤ ਕੌਰ ਉਹਨਾਂ ਦੀ ਆਪਣੀ ਪਤਨੀ ਜਸਬੀਰ ਸਿੰਘ ਡਿੰਕ ਡਿੰਪਾ ਸੰਤੋਖ ਚੌਧਰੀ ਡਾਕਟਰ ਅਮਰ ਸਿੰਘ ਅਤੇ ਮੁਹੰਮਦ ਸਦੀਕ ਨੂੰ ਮੁੱਖ ਮੰਤਰੀ ਨੇ ਮਿਲ ਕੇ 2022 ਦੀ ਚੌਥ ਰਣਨੀਤੀ ਬਾਰੇ ਚਰਚਾ ਕੀਤੀ ਉਸ ਤੋਂ ਪਹਿਲਾਂ ਗੁਰਜੀ ਤੌਜਲਾ ਮਨੀਸ਼ ਤਿਵਾੜੀ ਰਵਨੀਤ ਬਿੱਟੂ ਨਾਲ ਵੀ ਮੁਲਾਕਾਤ ਕਰ ਚੁੱਕੇ ਨੇ ਹਾਲਾਂਕਿ ਰਵਨੀਤ ਬਿੱਟੂ ਪਿਛਲੇ ਕੁਝ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਵਿਰੋਧ ਕਰਦੇ ਰਹੇ ਨੇ ਉਹਨਾਂ ਤੇ ਵੀ ਕਈ ਸਵਾਲ ਚੁੱਕਦੇ ਰਹੇ ਨੇ ਪਰ ਕੈਪਟਨ ਨੇ ਸੰਗਠਨ ਵਿੱਚ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕਰ ਲਈ ਅਤੇ ਹਾਈ ਕਮਾਂਡ ਨੂੰ ਲੀਡਰਾਂ ਲਈ ਅਵੇਲੇਬਲ ਹੋਣ ਦਾ ਸੰਕੇਤ ਵੀ ਦੇ ਦਿੱਤਾ ਹੈ ਹਾਲਾਂਕਿ ਜਿਹੜੀ ਰਿਪੋਰਟ ਤਿੰਨ ਮੈਂਬਰੀ ਕਮੇਟੀ ਨੇ ਦਿੱਤੀ ਹੈ ਉਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਰਕਿੰਗ ਸਟਾਈਲਸ ਠੀਕ ਨਹੀਂ ਹੈਗੀ ਤੇ ਉਹ ਲੀਡਰਾਂ ਨੂੰ ਅਵੇਲੇਬਲ ਨਹੀਂ ਹੁੰਦੇ ਪਰ ਪਿਛਲੇ ਦਿਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ ਤੇ ਆਪਣੇ ਸੰਸਦਾਂ ਨਾਲ ਵੀ ਮੁਲਾਕਾਤ ਕੀਤੀ ਪਰ ਸਭ ਤੋਂ ਅਹਿਮ ਹੈ ਕਿ 3 ਮੈਂਬਰੀ ਕਮੇਟੀ ਨੇ ਅੱਜ ਸੋਨੀਆ ਗਾਂਧੀ ਨੂੰ ਇਹ ਰਿਪੋਰਟ ਦੇ ਦਿੱਤੀ ਹੈ ਤੇ ਕੱਲ ਨੂੰ ਕੱਲ ਸਵੇਰੇ 11:30 ਵਜੇ ਸੋਨੀਆ ਗਾਂਧੀ ਨੇ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਦੁਬਾਰਾ ਆਪਣੇ ਰਿਹائش ਤੇ ਸੱਦਿਆ ਹੈ ਇਹ ਤਿੰਨੋਂ ਮੈਂਬਰ ਕੱਲ ਨੂੰ ਸੋਨੀਆ ਗਾਂਧੀ ਦੇ ਨਾਲ ਇਸ ਰਿਪੋਰਟ ਦੇ ਖਾਸ ਨੁਕਤਿਆਂ ਦੇ ਬਾਰੇ ਚਰਚਾ ਕੀਤੀ ਚਰਚਾ ਕਰਨਗੇ ਜਿਹੜੇ ਚਾਰ ਪੇਜਾਂ ਦਾ ਵੱਖਰਾ ਕਰਕਸ ਇੱਕ ਚਾਰ ਪੇਜਾਂ ਦੇ ਵੱਖਰੇ ਮੋٹے-ਮੋٹے ਪੁਆਇੰਟਸ ਜਿਹੜੇ ਬਣਾ ਕੇ ਦਿੱਤੇ ਗਏ ਨੇ ਉਹਨਾਂ ਚਾਰਾਂ ਪੇਜਾਂ ਦੇ ਉੱਤੇ ਹੀ ਖਾਸ ਤੌਰ ਤੇ ਕੱਲ ਨੂੰ ਚਰਚਾ ਹੋਣੀ ਹੈ ਹਾਲਾਂਕਿ ਰਿਪੋਰਟ ਦਾ ਇੱਕ ਵੱਖਰਾ ਪੁਲਿੰਦਾ ਹੈ ਪਰ ਚਾਰ ਪੇਜਿਸ ਦੇ ਉੱਤੇ ਕਰਕਸ ਲਿਖ ਕੇ ਦਿੱਤਾ ਗਿਆ ਹੈ ਔਰ ਕਮੇਟੀ ਦੇ ਤਿੰਨੋਂ ਮੈਂਬਰ ਜਿਹੜੇ ਨੇ ਕੱਲ ਸਵੇਰੇ 11:30 ਵਜੇ ਸੋਨੀਆ ਗਾਂਧੀ ਨੂੰ ਦੁਬਾਰਾ ਮਿਲਣਗੇ ਤੇ ਜੋ ਰਿਪੋਰਟ ਦਿੱਤੀ ਗਈ ਹੈ ਉਹਨਾਂ ਦੇ ਖਾਸ ਨੁਕਤਿਆਂ ਦੇ ਉੱਤੇ ਉਹਨਾਂ ਦੇ ਨਾਲ ਚਰਚਾ ਕਰਨਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ ਫਿਲਹਾਲ ਦੇ ਲਈ ਧੰਨਵਾਦ।